ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਤੇ ਸਵਾਗਤ ਕਰਦੇ ਆਂ ਦੋਸਤੋ ਆਪਣੇ YouTube ਚੈਨਲ ਤੇ ਕਈ ਦਿਨਾਂ ਤੋਂ ਮੈਨੂੰ ਨਵੇਂ ਬੰਦਿਆਂ ਦੇ ਜ਼ਿਆਦਾਤਰ ਫੋਨ ਤੇ ਮੈਸੇਜ ਆ ਰਹੇ ਸੀ ਬਈ ਤੁਸੀਂ ਦਾਣੇ ਚ ਪਾਉਨੇ ਕੀ ਹੋ ਫੀਡ ਚ ਕੀ ਪਾਉਨੇ ਆਪਾਂ ਸਾਰੀ ਗੱਲਬਾਤ ਬਈ ਤੁਹਾਡੇ ਨਾਲ ਮੈਂ ਡਿਟੇਲ ਚ ਸਾਂਝੀ ਕਰੂੰਗਾ ਜੋ ਕੁਝ ਵੀ ਆਪਾਂ ਪਾਉਨੇ ਆ ਵੈਸੇ ਹੀ ਮੈਂ ਵੀਡੀਓਜ਼ ਦਾ ਤਕਰੀਬਨ ਤਕਰੀਬਨ ਸਾਂਝੀਆਂ ਕਰਦਾ ਰਹਿਣਾ ਪਹਿਲਾਂ ਮੱਜਾਂ ਦੇ ਦਾਣੇ ਦੀ ਮੈਂ ਤਕਰੀਬਨ ਤਕਰੀਬਨ ਵੀਡੀਓ ਸਾਂਝੀ ਕਰਦਾ ਹੁੰਦਾ ਸੀ ਤੇ ਹੁਣ ਜ਼ਿਆਦਾਤਰ ਘੋੜਿਆਂ ਦਾ ਕਿਉਂਕਿ ਮੱਜਾਂ ਦਾ ਥੋੜਾ ਮੈਂ ਕੰਮ ਘਟਾਤਾ ਹੁਣ ਪਹਿਲਾਂ ਨਾਲੋਂ ਤੇ ਬਈ ਦਾਣੇ ਵਾਲਾ ਪਹਿਲੀ ਗੱਲ ਮੈਂ ਸ਼ੁਰੂ ਚ ਹੀ ਦੱਸਦਾ ਮੈਂ ਅੱਜ ਤੱਕ ਕੋਈ ਵੀ ਫੀਡ ਨਹੀਂ ਵਰਤੀ ਬਈ ਜਿੰਨਾ ਵੀ ਮੈਂ ਦਾਣਾ ਪਾਉਣਾ ਹੁੰਦਾ ਘੋੜਿਆਂ ਨੂੰ ਉਹ ਮੈਂ ਖੁਦ ਅਨਾਜ ਖਰੀਦ ਕੇ ਆਪ ਤੇ ਫੇਰ ਉਹਦਾ ਦਾਣਾ ਤਿਆਰ ਕਰਾ ਕੇ ਫੇਰ ਪਾਉਨੇ ਹੁੰਦੇ ਕੀ ਕੀ ਪਾਉਨੇ ਆ ਘੋੜੀਆਂ ਨੂੰ ਕੀ ਪਾਉਨੇ ਆ ਗੱਬਣ ਨੂੰ ਕੀ ਪਾਉਨੇ ਆ ਘੋੜੇ ਨੂੰ ਕੀ ਪਾਉਨੇ ਆ ਬਸ਼ੇਰੀ ਨੂੰ ਸਾਰਾ ਕੁਝ ਦੱਸ ਦੂੰਗਾ ਮੈਂ ਭਾਈ ਤੇ ਜਿਹੜੇ ਦੋਸਤ ਵਹਿ ਮੈਂ ਬਹੁਤ ਘੱਟ ਕਹਣਾ ਚੈਨਲ ਤੇ ਨਵੇਂ ਨੇ ਫੋਲੋ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਹਨਾ ਤੇ ਸ਼ੇਅਰ ਜ਼ਰੂਰ ਕਰ ਦਿਓ ਵੀ ਵੀਡੀਓ ਨੂੰ ਯਾਰ ਸ਼ੇਅਰ ਮੈਂ ਤਾਂ ਕਹਿ ਰਿਹਾ ਕਿਉਂਕਿ ਜਿਹੜੇ ਚਲੋ ਪੁਰਾਣੇ ਬੰਦੇ ਵੀ ਨੇ ਹਨਾ ਹਰ ਇੱਕ ਦਾ ਆਪ ਦਾ ਆਪ ਦਾ ਤਰੀਕਾ ਹੁੰਦਾ ਦਾਣਾ ਪਾਉਣ ਦਾ ਘੋੜਿਆਂ ਨੂੰ ਜੇ ਤੁਸੀਂ 100 ਘੋੜਿਆਂ ਦਾ ਬੰਦਾ ਇਕੱਠਾ ਕਰੋਗੇ ਨਾ ਤਾਂ 100 ਚੋਂ ਤਕਰੀਬਨ ਇਹ ਲਾ ਲਓ ਵੀ 80 ਤੋਂ 85 ਬੰਦਿਆਂ ਦਾ ਅਲੱਗ-ਅਲੱਗ ਤਰੀਕਾ ਹੋਊਗਾ ਵੀ ਕਿਸੇ ਦੀ ਸੇਮ ਹੋਊਗਾ ਤਕਰੀਬਨ ਤੇ ਵੀ ਕਿਵੇਂ ਆਪਾਂ ਦੇਖੋ ਪਹਿਲਾਂ ਜਦੋਂ ਮੈਂ ਸਰਜਨ ਵੀ ਤਿਆਰ ਕਰਾਇਆ ਉਹਨੂੰ ਵੀ 4-5 ਮਹੀਨਿਆਂ ਚ ਆਪਾਂ ਐਨ ਪੂਰਾ ਚੰਗਾ ਤਿਆਰ ਕਰਤਾ ਸੀਗਾ ਉਹਦੇ ਮਤਲਬ ਐ ਪੱਥਰੀਆਂ ਚ ਉਂਗਲਾਂ ਪੈਂਦੀਆਂ ਸੀ ਐਕਸਰੇ ਸੀ ਉਹਦੇ ਸਰੀਰ ਦਾ ਇੱਕ ਤਰ੍ਹਾਂ ਹੋਇਆ ਹੋਇਆ ਆਪਾਂ ਕੀ ਕੁਝ ਪਾਇਆ ਕਿਵੇਂ ਕਿਵੇਂ ਪਾਇਆ ਉਹ ਤੁਹਾਡੇ ਨਾਲ ਮੈਂ ਜ਼ਰੂਰ ਡਿਟੇਲ ਕਰੂੰਗਾ ਤੇ ਆ ਵੀ ਜਿੱਦਨੇ ਲੈ ਕੇ ਆਏ ਤੇ ਚੋਬਰ ਇਹ ਵੀ ਜਮੀ ਸੁਸਤੇ ਜਾ ਖੜਦਾ ਸੀ ਇਹਦੇ ਹੁਣ ਮਾਰਦਾ ਪੂਰੀਆਂ ਬੜਕਾਂ ਇਹ ਕਾਇਮ ਹੋ ਗਿਆ ਲੈ ਤਰਾ ਪੱਟਾ ਕੱਢਦਾ ਓਏ ਚਲ ਤੇ ਕੀ ਕੀ ਪਾਉਨੇ ਆਪਾਂ ਉਹੀ ਗੱਲ ਆ ਤੇ ਇੱਕ ਮੈਂ ਹੋਰ ਗੱਲ ਕਹਦਾ ਮੈਂ ਕੋਈ ਮਿਨਰਲ ਮਿਕਸਚਰ ਵਗੈਰਾ ਜਿਆਦਾ ਮੈਂ ਕੁਝ ਵੀ ਨਹੀਂ ਵਰਤਦਾ ਵੀਰੇ ਆਪਾਂ ਨੇ ਆਪਣੀ ਬਸ਼ੇਰੀ ਪਾਲੀ ਸੀ ਉਦੋਂ ਤੁਸੀਂ ਦੇਖ ਲਓ ਵੀ ਦੋ ਤਿੰਨ ਦਿਨਾਂ ਦੇਹੀ ਜਦੋਂ ਆਪਣੀ ਬਸੁੰਦਰਾ ਪੂਰੀ ਹੋ ਗਈ ਸੀ ਬਥੇਰੇ ਨੇ ਮੈਨੂੰ ਆਫਰ ਕੀਤੀ ਵੀ ਬਾਈ ਤੈਨੂੰ ਆਹ ਲੈ ਕੇ ਭੇਜਦਾ ਨੇ ਫੋਨ ਆਇਆ ਬਾਈ ਆਹ ਪ੍ਰੋਡਕਟ ਬੱਚਿਆਂ ਵਾਸਤੇ ਚੰਗਾ ਇਹ ਭੇਜਦਾ ਨੇ ਤੈਨੂੰ ਕੁਝ ਨਹੀਂ ਵੀਰੇ ਵਰਤਿਆ ਮੰਨੇ ਠੀਕ ਆ ਨਾ ਸਿੱਧਾ ਸਾਦਾ ਜੋ ਆਪਣਾ ਹੁੰਦਾ ਜਿਵੇਂ ਗਾਂ ਵਗੈਰਾ ਦੁੱਧ ਪਾਇਆ ਮੈਨੇ ਜਾਂ ਹੋਰ ਵੀ ਜਿੰਨਾ ਕੁਛ ਵੀ ਮਾੜਾ-ਮੋਟਾ ਦਿੱਤਾ ਕੋਈ ਮੈਂ ਮਹਿੰਗੀ ਚੀਜ਼ ਕੋਈ ਨਹੀਂ ਵਰਤੀ ਹੈਗੀ ਘੋੜਿਆਂ ਤੇ ਕਦੇ ਵੀ ਤੇ ਹੁਣ ਦਾਣੇ ਦੀ ਮੈਂ ਤੁਹਾਨੂੰ ਕਰਦਾ ਵੀਡੀਓ ਤੇ ਇੱਕ ਮੈਨੂੰ ਅੱਜ ਦੱਸਿਓ ਆਵਾਜ਼ ਠੀਕ ਆ ਰਹੀ ਆ ਹੁਣ ਕਈ ਦੋਸਤ ਕਹਿੰਦੇ ਆ ਯਾਰ ਤੂੰ ਮੈਿਕਾਂ ਦੇਦਾ ਪੈਸੇ ਲਾ ਦੇ ਮੈਂ ਕਹਿੰਦਾ ਪੈਸੇ ਨਹੀਂ ਲਾਉਂਦਾ ਬਈ ਰੌਡ ਦੇ ਮੈਿਕ ਨੇ origignal ਮੈਿਕ ਨੇ ਮੰਗਵਾਏ ਹੋਏ ਮੈਨੇ ਤੇ ਮੈਨੂੰ ਕਾਰਨ ਨਹੀਂ ਸਮਝ ਆ ਰਿਹਾ ਵੀ ਆਵਾਜ਼ ਕਿਉਂ ਘਟਾਉਂਦੀ ਜਾਂ ਤਾਂ ਮਹੀਂ ਹੌਲੀ ਬੋਲਦਾ ਜਾਂ ਕੋਈ ਕਾਰਨ ਪੈ ਰੇ ਮੇਰੀ ਐਡੀਟਿੰਗ ਚ ਕੋਈ ਫਰਕ ਹੋਣਾ ਹਨਾ ਤੇ ਆਜੋ ਆਪਾਂ ਸ਼ੁਰੂ ਨਵਾ ਕੋੜਾ ਵੀ ਚੈੱਕ ਕਰ ਲਓ ਆਪਣਾ ਦੇਖ ਲਓ ਇਧਰੋਂ ਘਰ ਮੂੰਹ ਏ ਤੇ ਇਹ ਵੀ ਸੋਨਾ ਤਿਆਰ ਹੋਈ ਜਾਂਦਾ ਪਹਿਲਾਂ ਛਾਤੀ ਛੂਤੀ ਘੱਟ ਸੀ ਬਣਾਈ ਹੋਈ ਇਹਨੇ ਛਾਤੀ ਛੂਤੀ ਵਧੀਆ ਬਣਾ ਰਿਆ ਹੁਣ ਇਹ ਤੇ ਇਧਰ ਆਪਣੀ ਜਾਰੂ ਆ ਗਈ ਉਰਿਆ ਆ ਜਾ ਆ ਜਾ ਹਾਂ ਤੇ ਇਹਦੀ ਹੁਣ ਮੈਂ ਖਰਾਕ ਥੋੜੀ ਜੀ ਬਾਈ ਪਹਿਲਾਂ ਨਾਲੋਂ ਘਟਾਤੀ ਕਿਉਂਕਿ ਇਹ ਆਪਣਾ 5 ਮਹੀਨਿਆਂ ਦੀ ਇਹਨੇ ਪੂਰੀ ਹੋਣਾ ਅ ਬਾਰੰਤਰੀਕ ਨੂੰ 11 ਨੂੰ ਹੋਣਾ ਮਤਲਬ 5 ਮਹੀਨੇ ਪੂਰੀ ਅਜੇ ਦਾ ਟਾਈਮ ਪਿਆ ਤੇ ਜੇ ਆਪਾਂ ਹੁਣੇ ਜਾਦੇ ਭਾਰੀ ਕਰਤੀ ਤਾਂ ਫਿਰ ਇਹ ਬੱਚਾ ਵੀ ਉਸ ਹਸਾਬ ਦਾ ਨਹੀਂ ਦੇਣਾ ਜਿਹੇ ਹਿਸਾਬ ਦਾ ਆਪਾਂ ਭਾਲਦੇ ਆ ਤੇ ਕੋੜੀਆਂ ਨੂੰ ਬਰੀਡਿੰਗ ਵਾਲੀਆਂ ਨੂੰ ਵੀ ਬਾਹਲਾ ਰਾਜੀ ਕਰਨਾ ਵੀ ਚੰਗੀ ਗੱਲ ਨਹੀਂ ਹੈਗੀ ਤੇ ਇਹਦੇ ਬਾਰੇ ਪੁੱਛੀ ਜਾਂਦੇ ਹੁੰਦੇ ਇਹ ਹੁਣ ਬਈ 5 ਮਹੀਨੇ ਦੀ ਹੋ ਜੂਗੀ 12 ਤਰੀਕ 12 ਤਰੀਕ ਦਾ ਜੰਪ ਸੀਗਾ 12 ਦਸੰਬਰ ਦਾ ਇਹਨੂੰ ਤੇ ਪਦਮ ਤੋਂ ਜਸਪਾਲ ਅੰਕਲ ਜੀ ਗੋਲਾ ਜਿਹੜਾ ਸਮੁੰਦਰ ਦਾ ਬੱਚਾ ਉਹ ਤੋਂ ਆ ਤੇ ਆਪ ਇਹ ਗੰਤਾਸ ਦੀ ਆ ਮਾਂ ਇਹਦੀ ਨੀਲੀ ਰੱਜੂ ਡੋੜਦੀ ਹੁਣ ਐਕਸਰਸਾਈਜ਼ ਇਹਦੀ ਵਧੀਆ ਚੱਲੀ ਜਾਂਦੀ ਆ ਤੇ ਤਿਆਰ ਸੋਣੀ ਹੋ ਗਈ ਪਹਿਲਾਂ ਨਾਲੋਂ ਮੀਰਾ ਦੂਜੀ ਸਾਈਡ ਆ ਉਹ ਵੀ ਦਿਖਾਉਣਾ ਆਜੋ ਪਹਿਲਾਂ ਤੁਹਾਨੂੰ ਆਪਾਂ ਦਾਣੇ ਵਾਲਾ ਕੰਮ ਦਿਖਾ ਦਾਂ ਮੈਂ ਦਾਣਾ ਕਿਵੇਂ ਕਿਵੇਂ ਵਰਤਦਾ ਤੇ ਦਾਣੇ ਵਾਲਾ ਮੈਂ ਸਿਸਟਮ ਬਾਈ ਆ ਬਣਾਇਆ ਹੋਇਆ ਡਰਮ ਲਾਏ ਹੋਏ ਨੇ ਪਲਾਸਟਿਕ ਦੇ ਮੈਂ ਥੈਲੀਆਂ 'ਚ ਦਾਣਾ ਬਿਲਕੁਲ ਵੀ ਨਹੀਂ ਰੱਖਦਾ ਕਿਉਂਕਿ ਜਿਵੇਂ ਬਰਸਾਤ ਵਗੈਰਾ ਹੋ ਜਾਂਦੀ ਆ ਹੋਰ ਜਾਂ ਸੈੱਲ ਫੜ ਜਾਂਦਾ ਦਾਣਾ ਤੇ ਇਹ 'ਚ ਫਿਰ ਸੈੱਲ ਵਗੈਰਾ ਕੁਝ ਨਹੀਂ ਫੜਦਾ ਦਾਣਾ ਬਿਲਕੁਲ ਵੀ ਜਿਵੇਂ ਦਾਪਰ ਰੱਖਾਂਗੇ ਉਵੇਂ ਦੀ ਜਿਹੜਾ ਦਾਣਾ ਰਹੂਗਾ ਮੈਂ ਇੱਕ ਮਿੰਟ ਲਾਈਟ ਲਾ ਦਾਂ ਠੀਕ ਹੈ ਵੀਡੀਓ ਚ ਤੇ ਮਤਲਬ ਵੀ ਸੱਲਣੀ ਫੜਦਾ ਹੈਗਾ ਕਈ ਵਾਰ ਆਪਾਂ ਤੋਂ نیچے ਪਾਣੀ ਪੂਣੀ ਡੁੱਲ ਜਾਂਦਾ ਜਾਂ ਹੋਰ ਹੋ ਜਾਂਦਾ ਤਾਂ ਉਹਦੇ ਨਾਲ ਆਪਣਾ ਦਾਣੇ ਵਿੱਚ ਫੰਗਸ ਵੀ ਨਹੀਂ ਆਉਂਦੀ ਹੈਗੀ ਤੇ ਮੈਂ ਜਦੋਂ ਦਾਣਾ ਤਿਆਰ ਕਰਦਾ ਤਾਂ ਮੈਂ ਇੱਕ ਮਹੀਨੇ ਤੋਂ ਵੱਧ ਦਾਣਾ ਨਹੀਂ ਤਿਆਰ ਕਰਦਾ ਜੇ ਤਾਂ ਜਿਹਦੇ ਘਰੇ ਵੀ ਆਪ ਚੱਕੀ ਹੁੰਦੇ ਉਹਦਾ ਉੱਤੇ 20 25 ਦਿਨਾਂ ਦਾ ਕੱਢ ਲਏ ਹਨ ਮੈਂ ਜਾਦਾ ਲੰਮਾ ਟਾਈਮ ਜਿਹੜਾ ਦਾਣਾ ਨਹੀਂ ਵੀ 2 2 3 3 ਮਹੀਨਿਆਂ ਦਾ ਆਪਾਂ ਨੇ ਇਕੱਠਾ ਬਣਵਾ ਲਿਆ ਤੇ ਉਹ ਹਿਸਾਬ ਦੇ ਨਾਲ ਆਪਾਂ ਦਾਣਾ ਬਣਵਾਉਨੇ ਹੁੰਨੇ ਆ ਸਾਰਾ ਚੌਪ ਕੀਤਾ ਹੋਇਆ ਜਿੰਨਾ ਵੀ ਆ ਕਣਕ ਵੀ ਇਹ ਚ ਆਗੇ ਦੇਖੋ ਜੋਂ ਆਗੇ ਬਾਈ ਇਹ ਮੇਰੇ ਭਾਈ ਹਰਮੀਤ ਨੇ ਭੇਜੇ ਨੇ ਜੋਂ ਮੈਂ ਥੈਂਕ ਯੂ ਕਰਦਾ ਬਾਈ ਹਰਮੀਤ ਦਾ ਬਹੁਤ ਸੋਹਣੇ ਜੋਂ ਆਏ ਨੇ ਇਸ ਵਾਰ ਤੇ ਇਹ ਕਣਕ ਆ ਚੌਪ ਕੀਤੀ ਹੋਈ ਏਹ ਚੋਕਰ ਪਿਆ ਜਿਹੜਾ ਚੋਕਰ ਹੁੰਦਾ ਤੇ ਜਵੀ ਆਹ ਡਰਾਮਾ ਮੇਰੇ ਭਰੇ ਹੋਇਆ ਬਾਕੀ ਹੁਣ ਮੈਂ ਥੋੜਾ ਜਿਹਾ ਥੈਲਾ ਬਾਹਰ ਰੱਖ ਰੱਖਿਆ ਇਹ ਜਵੀਆ ਚੋਪ ਕੀਤੀ ਹੋਈ ਆਪਣੀ ਮੈਂ ਕੀ ਕਰਦਾ ਹੁਣ ਹਰ ਇੱਕ ਚ ਚੀਜ਼ ਦਾ ਮਤਲਬ ਇਹ ਮਨੇ ਮਿਣ ਕੇ ਰੱਖਿਆ ਹੋਇਆ ਇਹ ਮੈਨੂੰ ਪਤਾ ਵੀ ਜੇ ਇੱਕ ਮੈਂ ਫੁੱਲ ਭਰ ਕੇ ਪਾਉਣਾ ਇਹ ਚੋਕਰ ਦਾ ਤਾਂ 400 ਗ੍ਰਾਮ ਦਾ ਹੋ ਜਾਂਦਾ ਜਾਨਵਰ ਨੂੰ ਮੈਂ ਇੱਕ ਨੂੰ ਜਿਵੇਂ ਹੁਣ ਜਾ ਰਾ ਉਹਨੂੰ 2 ਕਿਲੋ ਦਾਣਾ ਪਾਉਣਾ ਮੈਂ 2 ਸਵਾ 2 ਕਿਲੋ ਹੁਣ ਮੈਂ ਉਹ ਤਾਂ ਘਟਾ ਦੂੰਗਾ ਹੁਣ ਉਹਦਾ ਡੇਢ ਕਿਲੋ ਕਰ ਦੂੰਗਾ ਤੇ ਜਿਵੇਂ ਘੋੜੇ ਨੂੰ ਆ ਘੋੜੇ ਨੂੰ ਹੁਣ ਥੋੜਾ ਜਿਹਾ ਵੱਧ ਪਾ ਰਿਹਾ ਮੈਂ ਢਾਈ ਵੀ ਪਾ ਦਣਾ ਉਹਨੂੰ ਸਵਾ ਦੋ ਵੀ ਪਾ ਦਣਾ ਉਸ ਹਿਸਾਬ ਨਾਲ ਜਿਵੇਂ ਹੁਣ ਝਾਰਾ ਭਾਰੀ ਹੋ ਰਹੀ ਆ ਇਹਨੂੰ ਜਿਹੜੀ ਮੈਂ ਮਤਲਬ ਭਾਰੀ ਕਰਨ ਵਾਲੀ ਚੀਜ਼ ਆ ਫੈਟ ਵਾਲੀ ਚੀਜ਼ ਆ ਉਹ ਬਹੁਤ ਘਟਾ ਦੂੰਗਾ ਵੀ ਨਾਰਮਲ ਜੀ ਚੀਜ਼ ਰੱਖਾਂਗੇ ਆਪਾਂ ਤੇ ਕਈ ਦੋਸਤ ਕੀ ਕਰਦੇ ਜਿਨ੍ਹਾਂ ਕੋਲ ਹਰਾਚਾਰਾ ਨਹੀਂ ਹੁੰਦਾ ਉਹ ਕੀ ਕਰਿਆ ਕਰਨ ਵੀ ਸਵੇਰੇ ਸ਼ਾਮ ਆ ਜਿਹੜਾ ਉਹ ਦਾਣਾ ਪਾ ਦਿਆ ਕਰਨ ਦੁਪਹਿਰ ਨੂੰ ਚੋਕਰ ਦੀ ਸੰਨੀ ਲਾ ਦਿਆ ਕਰਨ ਮੇਰੇ ਕੋਲ ਅਲੂਸਣ ਵਗੈਰਾ ਬਾਧੂ ਹੁੰਦਾ ਬਾਈ ਤਾਂ ਕਰਕੇ ਮੈਂ ਕੀ ਕਰਦਾ ਵੀ ਦੁਪਹਿਰੇ ਨੂੰ ਅਲੂਸਣ ਪਾ ਦਣਾ ਹੁੰਦਾ ਤੇ ਸਵੇਰੇ ਤੇ ਸ਼ਾਮ ਦਾਣਾ ਬਾਦਾਣਾ ਤੇ ਆਪਾਂ ਸ਼ਾਮ ਨੂੰ ਵੀ ਲੂਸਣ ਪਾ ਸਕਦੇ ਹਾਂ ਜਿਨ੍ਹਾਂ ਕੋਲ ਵੱਧ ਹੁੰਦਾ ਉਹ ਵੀ ਕਿਉਂਕਿ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੁੰਦੀ ਆ ਤੇ ਹੁਣ ਦੇਖ ਲਓ ਜਿਵੇਂ ਮੈਂ ਨਾਰਮਲ ਤਿਆਰ ਕਰਦਾ ਹੁੰਨਾ ਇੱਕ ਦਿਨ ਮੈਂ ਫੇਰ ਦੁਬਾਰੇ ਵੀਡੀਓ ਕਰਕੇ ਮੇਰਾ ਕੰਡਾ ਜੇ ਉਧਰ ਰਹਿ ਗਿਆ ਮੈਂ ਮਿਣ ਮਿਣ ਕੇ ਵੀ ਤੁਹਾਨੂੰ ਦਿਖਾ ਦਉ ਵੀ ਕਿੰਨਾ ਕਿੰਨਾ ਆਪਾਂ ਪਾਉਨੇ ਹੁੰਨੇ ਆ ਜਿਵੇਂ ਕਣਕ ਦਾ ਮੈਂ ਇੰਨਾ ਕਰ ਰੱਖਿਆ ਹੋਇਆ ਆ ਇੰਨੀ ਕ ਕਣਕ ਪਾਉਣੀ ਆ ਬਸ ਆਪਾਂ ਨੇ ਇਹ ਲਾ ਲਓ ਵੀ ਇਹ 2 ਤੋਂ 2.5 100 ਗ੍ਰਾਮ ਜੋਰ ਮਾਰ ਕੇ ਕਣਕ ਹੋਣੀ ਤੇ ਆ ਜੋ ਪਾਤੇ ਜੌਂ ਇਹ 400 ਗ੍ਰਾਮ ਨੇ ਜੌਂ ਮੈਂ ਥੋੜੇ ਜਿਹਾ ਵੱਧ ਕਰਦਾਂ ਹੁਣ ਇਹ ਮੈਂ ਆਪਣੇ ਘੋੜੇ ਦੀ ਡਾਈਟ ਬਣਾ ਰਿਆ ਆ ਕਰਤੇ ਆਪਾਂ ਨੇ 800 ਗ੍ਰਾਮ ਜੌਂ ਹੋ ਗਈ ਜਨਨ ਕਿ ਕਿਲੋ ਦਾਣਾ ਹੋ ਗਿਆ ਇਹ ਉਰਿਆ ਕੇ ਕਿਲੋ ਦਾਣਾ ਹੋ ਗਿਆ ਪੂਰਾ ਹਨ ਤੇ ਉਸ ਤੋਂ ਬਾਅਦ ਜਿਹੜਾ ਚੋਕਰ ਪਾਉਣਾ ਹੁੰਦਾ ਤੇ ਚੋਕਰ ਆਪਾਂ ਇਹ ਫੁੱਲ ਪਰ ਕਹਿਣ ਪੂਰਾ ਤੇ ਇਹ ਬਣਦਾ 400 ਗ੍ਰਾਮ ਇੰਨਾ ਪੂਰਾ ਭਰ ਕੇ ਹੋ ਗਿਆ ਆਪਣਾ 1 ਕਿਲੋ 400 ਗ੍ਰਾਮ ਦਾਣਾ ਹਨਾ ਆ ਗਈ ਜਬੀ ਆਪਣੀ 1 ਕਿਲੋ 800 ਗ੍ਰਾਮ ਤੇ ਇੱਕ ਮੈਂ ਹੋਰ ਪਾਉਂ ਘੋੜੇ ਨੂੰ ਤੇ ਇਹ ਹੋ ਗਿਆ ਆਪਣਾ ਸਵਾ ਦੋ ਇਹ ਘੋੜੇ ਦੀ ਡਾਈਟ ਬਾਈ ਮੈਂ ਵੱਧ ਤਾਂ ਬਣਾ ਰਿਹਾ ਕਿਉਂਕਿ ਮੈਨੂੰ ਐਵੇਂ ਵੀ ਉਹਨੂੰ ਮੈਂ ਜੇ weight gain ਕਰਨਾ ਉਹਦਾ heavy ਕਰਨਾ ਸਵਾ ਦੋ ਕਿਲੋ ਆ ਗਿਆ ਖੰਡਾ ਵੀ ਰੱਖਿਆ ਹੋਇਆ ਮੈਂ ਖੰਡਾ ਵੀ ਪਾ ਦੇਣਾ ਹੁਣ ਕਿਉਂਕਿ ਹੁਣ ਉਹਨੂੰ ਘੋੜੇ ਨੂੰ ਤਿਆਰ ਕਰਨਾ ਜਦੋਂ ਆਪਣਾ ਜਾਨਵਰ ਤਿਆਰ ਹੋ ਗਿਆ ਠੀਕ ਹੈ ਨਾ ਜਦੋਂ ਜਾਨਵਰ ਤਿਆਰ ਹੋ ਗਿਆ ਆਪਾਂ ਨੂੰ ਪਤਾ ਵੀ ਹਾਂ ਹੁਣ ਇਹਨੂੰ ਵੀ ਆਪਾਂ ਨੂੰ ਉਹ ਦਾਣੇ ਦੀ ਜ਼ਰੂਰਤ ਨਹੀਂ ਜ਼ਿਆਦਾ ਦੀ ਫਿਰ ਆਪਾਂ ਉਸ ਹਾਬ ਨਾਲ ਉਹਨੂੰ ਘਟਾ ਵੀ ਸਕਦੇ ਹਾਂ ਇਹਨੂੰ ਮੈਂ ਖੰਡਾ ਵੀ ਪਾ ਦੇਣਾ ਜਿਵੇਂ ਸਵਾ ਦੋ ਹੋ ਗਿਆ ਤੇ 200 ਗ੍ਰਾਮ ਮੜ ਮੋਟਾ ਵੱਧ ਪੈ ਜੂ। ਜਿੰਨ ਕਿ ਨੂੰ 2.5 ਕਿਲੋ ਦਾਣਾ ਜਿਹੜਾ ਮੈਂ ਪਾ ਦੂੰਗਾ। ਆ ਪੂਰਾ ਦੇਖ ਲਓ 2.5 ਕਿਲੋ ਦਾਣਾ ਹੋ ਗਿਆ ਇਹ ਜੇ ਆਪਾਂ weight ਕਰਾਂਗੇ ਨਾ ਇਹ 2.5 ਕਿਲੋ ਹੀ ਬਣੂ ਵੱਧ ਨਹੀਂ ਬਣਦਾ ਹੈਗਾ ਕਿਉਂਕਿ ਇਹ ਮੇਰਾ ਅੰਦਾਜ਼ ਨੇ ਰੋਜ਼ ਤਾਂ ਬਈ ਦੋ ਦੋ ਟਾਈਮ ਪਾਉਨੇ ਆ। ਤੇ ਹੁਣੇਰਾ ਪੁੱਤ ਕਈ ਵਾਰ ਵੱਧ ਪਾਉਂਦਾ ਮੀਰਾ ਨੂੰ ਇਹ ਤਾਂ ਹੀ ਮੋਕ ਲਈ ਰੱਖਦਾ ਉਹਨੂੰ ਜਿਆਦਾ ਦਾਣਾ ਪਾ ਦਿੰਦਾ ਹੁੰਦਾ ਹੈ ਅੱਜ ਅਸੀਂ ਮੈਂ ਲੇਟ ਹੋ ਗਿਆ ਮੈਂ ਮੈਂ ਸੋਚਿਆ ਸੀ ਵੀ ਦਾਣੇ ਦਾ ਸਵੇਰੇ ਸਵੇਰੇ ਬਲੌਗ ਸ਼ੂਟ ਕਰਾਂਗੇ ਤਾਂ ਕਰਕੇ ਇਹ ਸਕੂਲ ਨੂੰ ਤਿਆਰ ਹੋ ਗਿਆ ਇਹ 2.5 ਕਿਲੋ ਦਾਣਾ ਬਣਿਆ ਹੋਊਗਾ 2 ਕਿਲੋ 600 ਗ੍ਰਾਮ ਹੋ ਜੇ ਜਾਂ 700 ਗ੍ਰਾਮ ਹੋ ਜੇ ਇਹ ਘੋੜੇ ਦੀ ਡਾਈਟ ਆ ਪੂਰੀ ਬਈ ਇਹਨੂੰ ਹਲਕਾ ਜਿਹਾ ਪਾਣੀ ਲਾਉਂਗਾ ਵੀ ਜਦ ਘੋੜੇ ਆਪਣੇ ਖਾਂਦੇ ਫੁਕਾਰਾ ਨਹੀਂ ਮਾਰਦੇ ਹੁੰਦੇ ਐਂ ਕਰਕੇ ਫੁਕਾਰਾ ਮਾਰਦੇ ਆ ਨਾ ਤੇ ਉਦੋਂ ਉੱਡਦਾ ਨਹੀਂ ਹੈਗਾ ਇਹ ਤੂੜੀ ਤੂੜੀ ਬਈ ਮੈਂ ਬਹੁਤ ਨਾ ਮਾਤਰ ਪਾਉਣਾ ਤੂੜੀ ਦੇ ਮੈਂ ਹੁਣ ਪ੍ਰਾਣੀ ਦੀ ਥੈਲੇ ਭਰ ਕੇ ਰੱਖ ਰੱਖਿਆ ਤੇ ਤੂੜੀ ਬਸ ਮੈਂ ਆਹ ਸਾਬ ਦੀ ਪਾਉਣਾ ਤੂੜੀ ਬਸ ਇੱਕ ਚ ਵੀਰੇ ਆਹ ਤੂੜੀ ਪਾਉਂਗਾ ਮੈਂ ਇਦੋਂ ਵੱਧ ਤੂੜੀ ਨਹੀਂ ਪਾਉਂਦੇ ਹੈਗੇ ਆਪਾਂ ਇੰਨੀ ਕੁ ਤੂੜੀ ਪਾਵਾਂਗੇ ਤੇ ਆਹ ਦਾਣਾ ਜਿਹੜਾ ਇਹ ਹੁਣ ਇਹਨਾਂ ਫਾ ਕੋੜੇ ਵਾਸਤੇ ਆਪਾਂ ਨੇ ਮਸਾਲਾ ਪਾਉਣਾ ਉਹ ਇਹ ਚ ਪਾ ਲੈਣੇ ਹੁੰਦੇ ਆ ਜੇ ਕਈ ਵਾਰ ਤੇਲ ਪਾਉਣਾ ਉਹ ਵੀ ਇਹ ਚ ਆਪਾਂ ਪਾ ਸਕਦੇ ਹਾਂ ਨਾ ਵੀ ਜਿੰਨਾ ਮੈਨੂੰ ਹੋ ਸਕਿਆ ਮੈਂ ਤਿਆਰ ਤੁਹਾਨੂੰ ਕਰਕੇ ਦਿਖਾਤਾ ਜੇ ਪਾਣੀ ਦਾ ਵੀ ਮੈਂ ਤੁਹਾਨੂੰ ਦੱਸੇ ਦਿਨਾ ਮੈਂ ਦਾਣਾ ਬਣਾਏ ਦਿਨਾ ਪੂਰਾ ਪੁੱਤ ਪਾਣੀ ਲੈ ਕੇ ਆ ਪਾਣੀ ਦਾ ਉਹ ਲੈ ਕੇ ਤੇ ਇਹਨੂੰ ਮਿਕਸ ਕਰਕੇ ਮੈਂ ਇੰਨਾ ਕੁ ਬਣਾ ਦਣਾ ਹੁਣਾ ਜਾਨੀ ਕਿ ਵੱਡੇ ਘੋੜੇ ਵਾਸਤੇ 5 ਕਿਲੋ ਦਾਣਾ ਬਹੁਤ ਇਨਫ ਆ ਬਾਈ ਇਹ ਆਪਦੇ ਹੱਥੀਂ ਆਪਾਂ ਸਾਰੀ ਚੀਜ਼ ਤਿਆਰ ਕਰੀ ਹੋਈ ਆ ਸਾਰੀ ਚੀਜ਼ ਬਣਾਈ ਹੋਈ ਆ ਆਪਾਂ ਨੇ ਮਿਲਿਆ ਨਹੀਂ ਪੁੱਤ ਬਾਹਰੇ ਪਿਆ ਹੁਣ ਤੇ ਇਹ ਪੂਰੈਣ ਫੁੱਲ ਦਾਣਾ ਇਹਦਾ ਜੇ weight ਵੀ ਤੇਲ ਵੀ ਪਾ ਸਕਦੇ ਆ ਵੈਸੇ ਤੇਲ ਬਈ ਰਾਤ ਦੇ ਟਾਈਮ ਹੀ ਪਾਇਆ ਕਰੋ ਜਦ ਆਪਾਂ ਪਾਣੀ ਚੱਕ ਪਾਣੀ ਚੱਕਦਾਂ ਨੇ ਹੁੰਨੇ ਘੋੜਿਆਂ ਨੂੰ ਕਿਉਂਕਿ ਉਦੋਂ ਕੀ ਹੁੰਦਾ ਵੀ ਜੇ ਕਈ ਵਾਰ ਕੋੜਾ ਆਪਣਾ ਪਾਣੀ ਪੂਣੀ ਪੀ ਲੇ ਤਾਂ ਉਹ ਖੰਗਜੀ ਦੀ ਸ਼ਿਕਾਇਤ ਹੋ ਜਾਂਦੀ ਆ ਉਹ ਤੰਗ ਕਰਦੀ ਹੁੰਦੀ ਆ ਦੇਖੋ ਆ ਮਿਕਸ ਕਰਕੇ ਬਸ ਇਹਨੂੰ ਐਵੇਂ ਸੁੱਕੂ ਬਰੂ ਰਾਜਾ ਹੱਥ ਨਾਲ ਮਸਲ ਦੋ ਤੇ ਜਾਨਵਰ ਨੂੰ ਆਪਦੇ ਨੂੰ ਪਾ ਦਿਓ ਕਈ ਬਾਈ ਕਹਿਣਗੇ ਯਾਰ ਤੈਨੂੰ ਟੋਕਰਾ ਭਰ ਲਿਆ ਦਾਣੇ ਦਾ ਬਈ ਇਹਦਾ ਵੇਟ ਬਹੁਤ ਘੱਟ ਆ ਜਵੀ ਆ ਤੁਸੀਂ ਇਹ ਦੇਖ ਲਓ ਵੀ ਜਦ ਆਪਾਂ ਚੌਪ ਕਰਦਾਂ ਨੇ ਕਣਕ ਚੌਪ ਕਰਦਾਂ ਨੇ ਹਨਾ ਉਹ ਦਾਣਾ ਫੁੱਲ ਮਾਜਾ ਹੋ ਜਾਂਦਾ ਦਾਣਾ ਢਾਈ ਕਿਲੋ ਹੀ ਆ ਢਾਈ ਨਹੀਂ ਹੋਊਗਾ ਪੌਣੇ ਤਿੰਨ ਹੋਊਗਾ ਇਹ ਮੈਂ ਘੋੜੇ ਨੂੰ ਥੋੜਾ ਖੋਲੇ ਹੱਥ ਨਾਲ ਹੁਣ ਤਾਂ ਬਣਾਉਨੇ ਆਪਾਂ ਵੀ ਉਹਦਾ ਥੋੜਾ ਜਿਹਾ ਵੇਟ ਪਾਉਣਾ ਪਹੁੰਚੋ ਵਜ਼ਨ ਪਾਉਣਾ ਯਾਰਾਂ ਨੂੰ ਇਦੋਂ ਅੱਧਾ ਦਾਣਾ ਕਰ ਦੂੰਗਾ ਮੈਂ ਉਹਨੂੰ ਡੇਢ ਕਿਲੋ ਹੀ ਦਾਣਾ ਰੱਖੂਗਾ ਮੈਂ ਸਵਾਹ ਰੱਖਦੀ ਆ ਭਾਵੇਂ ਡੇਢ ਰੱਖਦੀ ਆ ਤੇ ਮੀਰਾ ਨੂੰ ਵੀ ਘੱਟ ਪਾ ਰਿਆਂ ਖਸ਼ਨੀਤ ਕੀ ਕਰਦੀ ਹੁੰਦੀ ਆ ਖਸ਼ਨੀਤ ਦੀ ਡਿਊਟੀ ਹੁੰਦੀ ਆ ਉਹ ਸਾਰਿਆਂ ਨੂੰ ਬਰਾਬਰ ਦਾ ਦਾਣਾ ਪਾਉਂਦੀ ਆ ਮੈਂ ਉਹਨੂੰ ਮੀਰਾ ਦਾ ਕਹਿ ਕੇ ਜ਼ੋਰ ਲਾ ਲੇ ਬੈਨੂੰ ਘੱਟ ਪਾਇਆ ਕਰ ਘੱਟ ਪਾਇਆ ਕਰ ਮੀਰਾ ਦੇ ਠਫੜ ਜੇ ਵੀ ਠਾਲ ਦੇ ਤੇ ਕਿਨ ਚੋਕਰਪਾ ਪਾ ਕੇ ਵਧਦੇ ਨੇ ਤੇ ਆ ਆਪਣਾ ਦੇਖੋ ਦਾਣਾ ਤਿਆਰ ਹੋ ਗਿਆ ਹਨਾ ਇਹ ਚ ਕੋਈ ਮਿਨਰਲ ਮਿਕਸਚਰ ਪਾਉਣਾ ਬਾਈ ਉਹ ਪਾ ਦਿਓ ਕਿਸੇ ਨੇ ਮਾੜਾ ਮੋਟਾ ਮਿੱਠਾ ਸੋਡਾ ਪਾਉਣਾ ਉਹ ਪਾ ਦਿਓ ਸ਼ੱਕਰ ਦੀ ਕੋਲੀ ਪਾਉਣੀ ਆ ਉਹ ਪਾ ਦਿਓ ਹੁਣ ਗਰਮੀ ਜਿਵੇਂ ਜਿਵੇਂ ਵਧਦੀ ਹੋਈ ਤਾਂ ਮੌਸਮ ਬਹੁਤ ਠੀਕ ਹੋ ਗਿਆ ਪਰਮਾਤਮਾ ਠੰਡ ਘਰੀ ਰੱਖਦਾ ਉਦੋਂ ਆਪਾਂ ਆਪਣੀ ਘੋੜੀ ਨੂੰ ਜਿਹੜਾ ਸ਼ੱਕਰ ਦਾ ਪਾਣਾ ਜਾਂ ਪਿਆਉਣੀ ਹੋਣੀ ਹੈ ਮੱਝਾਂ ਨੂੰ ਵੀ ਪਿਆਉਣੀ ਹੋਣੀ ਹੈ ਉਹ ਵੀ ਤੇ ਹੁਣ ਭਰਾ ਮੇਰੇ ਕਈ ਮੱਜਾਂ ਵਾਲੇ ਚਲ ਜੁੜੇ ਹੋਇਆ ਨਾਲ ਹਨ ਮੈਂ ਮੱਜਾਂ ਦੀ ਵੀ ਕਦੇ ਫੀਡ ਨਹੀਂ ਵਰਤੀ ਬਈ ਮੱਜਾਂਾਂ ਨੂੰ ਵੀ ਤੁਹਾਨੂੰ ਦੱਸ ਦਉ ਮੈਂ ਖਾਲ ਖੰਡਾ ਤੇ ਲੇਟੀ ਇਹ ਚੀਜ਼ਾਂ ਹੀ ਜ਼ਿਆਦਾ ਮੱਜਾਂ ਚ ਆਪਾਂ ਵਰਤਦੇ ਰਹਿੰਦੇ ਹਾਂ ਹੋਰ ਕੁਝ ਜ਼ਿਆਦਾ ਨਹੀਂ ਵਰਤਦੇ ਬਈ ਤੇ ਆਹ ਦਾਣੇ ਵਾਲਾ ਸਿਸਟਮ ਆ ਸਾਰਾ ਇਹ ਹੌਲਾ ਬਹੁਤ ਜ਼ਿਆਦਾ ਆ ਵੀ ਇਹ ਨਹੀਂ ਹੈਗਾ ਵੀ ਕੋਈ ਭਾਰੀ ਹੋਵੇ ਇਹ ਹੌਲਾ ਬਿਲਕੁਲ 2.5 ਕਿਲੋ ਪਾਉਣ ਇੱਕ 3 ਕਿਲੋ ਇਹ ਦਾਣਾ ਆਪਣੇ ਘੋੜੇ ਦਾ ਇਹ ਮੈਂ ਕੋਈ ਬਾਈ ਦਾਣਾ ਬਣਾਦਾ ਦੇਖੋ ਵੀ ਬਾਲਾ ਗਿੱਲਾ ਨਹੀਂ ਜਿੰਨਾ ਆਪਾਂ ਗਿੱਲਾ ਜਾਂ ਦਾਣਾ ਪਾਈ ਜਾਂਦੇ ਆ ਉਹ ਤੇ ਮੱਖੀਆਂ ਵੀ ਬਹੁਤ ਆਉਂਦੀਆਂ ਨੇ ਸਾਰਾ ਚੌਪ ਕੀਤਾ ਹੋਇਆ ਦਾਣਾ ਇਹ ਇਹਦੇ ਵਿੱਚ ਤੁਸੀਂ ਨੇ ਲੀਵਰ ਟੌਨਿਕ ਪਾਉਣਾ ਕੋਈ ਜਾਂ ਕੁਝ ਹੋਰ ਪਾਉਣਾ ਉਹ ਤੁਸੀਂ ਪਾ ਸਕਦੇ ਹੋ ਓਕੇ ਬਾਈ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਮੇਰੇ ਭਰਾ ਕੋਈ ਹੋਰ ਗੱਲਬਾਤ ਹੋਈ ਤੁਸੀਂ ਕਿਹੜੇ ਹਿਸਾਬ ਨਾਲ ਦਾਣਾ ਪਾਉਂਦੇ ਹੋ ਮੈਨੂੰ ਉਹ ਵੀ ਦੱਸ ਦਿਓ ਕਿਤੇ ਕਈ ਜਗ੍ਹਾ ਤੇ ਵੀ ਮਹੀਂ ਗਲਤ ਹੋਵਾ ਹਨਾ ਹੋ ਸਕਦਾ ਤਾਂ ਸਿੱਖਣ ਨੂੰ ਮਿਲ ਜਾਂਦਾ ਤੇ ਇੱਕ ਡਰਮਾਂ ਦੀਆਂ ਮੈਂ ਦੂਜੀਆਂ ਖੋਲ ਲੀਆਂ ਲਾਉਂਗਾ ਹੁਣ ਜਿਹੜੀਆਂ ਉਰੇ ਸਾਈਡ ਤੇ ਖੁੰਜਿਆਂ ਚ ਕਿਉਂਕਿ ਘੋੜਾ ਤਾਂ ਖਾਈ ਜਾਂਦਾ ਜਿੰਨਾ ਥੱਲੋਂ ਖਾਂਦਾ ਚੰਗਾ ਹੁੰਦਾ ਘੋੜਾ ਜਿੰਨਾ ਨੀਚੋਂ ਖਾਊਗਾ ਉਹਨਾਂ ਘੋੜੇ ਵਾਸਤੇ ਚੰਗਾ ਸਹੀ ਆ ਤੇ ਪਰ ਜਿਵੇਂ ਹੁਣ ਜਾਰਾ ਗੱਬਣ ਹੋ ਰਹੀ ਆ ਥੋੜਾ ਵੇਟ ਪੈ ਰਿਹਾ ਇਹ ਚ ਤੇ ਉਹਦੇ ਕਰਕੇ ਕੀ ਆ ਵੀ ਥੱਲੋਂ ਖਾਣਾ ਥੋੜਾ ਮੁਸ਼ਕਲ ਲੱਗਦਾ ਮਿੱਤੇ ਫੋਨ ਆਈ ਜਾਂਦੇ ਆ ਓਕੇ ਜੀ ਮਿਲਾਂਗੇ ਫਿਰ ਅਗਲੀ ਵੀਡੀਓ ਚ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਕਿਵੇਂ ਲੱਗੀ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰ ਦਿਓ ਮੇਰੇ ਭਰਾ ਬਣ ਕੇ ਧੰਨਵਾਦ ਸਾਰੇ ਦੋਸਤਾਂ ਦਾ